ਉਤਾ ਦੀ ਵਕਾ ਮੌਸਮ ਚੈੱਕ ਕਰੋ ਇੰਨੀ ਤਵਾ ਜਿਹੜਾ ਵਾਈਪਰ ਹੈ ਨਾ ਬਸ ਇੱਕ ਹੀ ਫਸਿਆ ਵਿੱਚ ਇਹਦੇ ਕਿਆ 20 ਮਾਈਲ ਪਰ ਆਵਰ ਮੀਨ 35 ਕਿਲੋਮੀਟਰ ਦੇ ਹਿਸਾਬ ਨਾਲ ਸਪੀਡ ਪਰ ਜ਼ਿਆਦਾ ਆ ਯਾਰ ਜਦੋਂ ਇੱਦਾਂ ਦਾ ਮੌਸਮ ਹੁੰਦਾ ਇੱਦਾਂ ਬੰਦਾ ਅੱਗੇ ਨੂੰ ਹੋ ਕੇ ਪੈ ਜਾਂਦਾ ਉਹ ਅੱਗੇ ਥੋੜ੍ਹਾ ਜਿਹਾ ਬੱਦਲ ਜਿਹਾ ਸਾਫ਼ ਦਿਖੇ ਨੇ ਮੈਨੂੰ ਆ ਗਿਆ ਸਾਹਮਣੇ ਉਹ ਟ੍ਰੈਫਿਕ ਹੈਗੀ ਆ ਪਾਇਲਟ ਕਾਰ ਆ ਜਿਹੜੀ ਮੋਹਰੇ ਆ ਰਹੀ ਹੈ ਪਾਇਲਟ ਕਾਰ ਆ ਇਹ ਅੱਜੇ ਯਾਰ ਆਪਣੇ ਨਾ ਫੋਨ ਦਾ ਥੋੜਾ ਜਿਹਾ ਚੱਕਰ ਚੱਲ ਪਿਆ ਉਹ ਜਿੱਦਾਂ ਲਾਸਟ ਟਾਈਮ ਹੋਇਆ ਸੀ ਫੋਨ ਚੋਂ ਡਾਟਾ ਨਹੀਂ ਡਿਲੀਟ ਉਹ ਸਾਹਮਣੇ ਇੱਕ ਸਾਈਡ ਦਾ ਮੀਂਹ ਪੈ ਰਿਹਾ ਆ ਉਹ ਪਹਾੜਾਂ ਦੇ ਵਿੱਚ ਪਤਾ ਨਹੀਂ ਮਿੱਟੀ ਉੱਡ ਰਹੀ ਆ ਜਾਂ ਅੱਗ ਤਾਂ ਨਾ ਹੀ ਲੱਗੀ ਹੋਵੇ ਮਿੱਟੀ ਉੱਡਦੀ ਹੋਵੇ ਉਹ ਜ਼ਿਆਦਾ ਵਧੀਆ ਆ ਆਹ ਕਿੰਨਾ ਵਧੀਆ ਬਣਾਇਆ ਹੈ ਰੈਪਟਿਲ ਗਾਰਡਨ ਸਪੈਸ਼ਲ ਇਹ ਤਾਂ ਚੀਜ਼ਾਂ ਕਾਫੀ ਆ ਯਾਰ ਦੇਖਣ ਨੂੰ ਪਰ ਸਾਰੇ ਦੂਰ ਬਹੁਤ ਆ ਟੂ ਮੱਚ ਫਾਰ ਫਾਰ ਆ ਨੇੜੇ ਹੈ ਨਹੀਂ ਕੁਛ ਵੀ ਸੋ ਆਪਾਂ ਤਾਂ ਹੀ ਨਹੀਂ ਉਹਨੇ ਇੱਧਰ ਘੁੰਮਣ ਉੱਦਾਂ ਤਾਂ ਤੂੰ ਬਹੁਤ ਘੁੰਮਣ ਜਾਂਦਾ ਹੈ ਨਾ ਤੂੰ ਜਿਹੜਾ ਕਹਿੰਦੇ ਆ ਇੰਨੀ ਦੂਰ ਤਾਂ ਹੀ ਨਹੀਂ ਆਉਂਦਾ ਘੁੰਮਣ ਜਾਂ ਘਰੇ ਜਾ ਕੇ ਨਾ ਆਲਸਪਣਾ ਜਿਹਾ ਬਹੁਤ ਆ ਜਾਂਦਾ ਕਿ ਨਹੀਂ ਜਾਣਾ ਨਾ ਕਿਤੇ ਮਤਲਬ ਘਰ ਜਾ ਕੇ ਹੋ ਜਾਂਦਾ ਯਾਰ ਰੈਸਟ ਕਰੀਏ ਇੰਨੇ ਦਿਨ ਹੋ ਗਏ ਕੰਮ 'ਤੇ ਹੀ ਹੇਜ਼ਲ ਨਾਲ ਘੁੰਮ ਕੇ ਲਈਏ ਨਜ਼ਾਰੇ ਲਈਏ ਜ਼ਿੰਦਗੀ ਦੇ ਪਾਰਟੀ ਪੁਟੀ ਕਰਦੇ ਹਾਂ ਦੋ ਦਿਨ ਸਾਰੇ ਜਣੇ ਇਕੱਠੇ ਹੁੰਦੇ ਉਹ ਕਿੰਨੀਆਂ ਸਾਰੀਆਂ ਗਾਵਾਂ ਇੱਥੇ ਬਹੁਤ ਸਾਰੀਆਂ ਹੁੰਦੀਆਂ ਇੱਦਾਂ ਹੀ ਹੁੰਦੀਆਂ ਛੱਡੀ ਉਹ ਬਿਜਲੀ ਲਸਕੀ ਉਹ ਬਿਜਲੀ ਲਸਕ ਕੀ ਆ ਗਏ ਕੈਮਰੇ ਮੇ ਆਈ ਹੈ ਕੈਮਰੇ ਮੇ ਆ ਗਈ ਬਿਜਲੀ ਵਧੀਆ ਮੀਂਹ ਆ ਜਾਵੇ ਮੇਰਾ ਸ਼ੀਸ਼ਾ ਸਾਫ਼ ਹੋ ਜੂਗਾ ਨਾ ਇਸ ਕਰਕੇ ਉਹ ਪਰ ਸਾਈਡ ਨੂੰ ਪੈ ਰਿਹਾ ਮੀਂਹ ਆਪਾਂ ਉੱਧਰਲੀ ਸਾਈਡ ਜਾਣਾ ਨਹੀਂ ਆ ਯਾਰ ਉਹ ਅੱਗੇ ਪਹਾੜ ਦੇਖੋ ਕਿੰਨੇ ਘੈਂਟ ਲੱਗਦੇ ਪਏ ਆ ਓਏ ਪਰ ਯਾਰ ਧੂੰਆਂ ਧੂੰਆਂ ਜਿਹਾ ਆ ਬੱਦਲ ਦੇਖੋ ਟੂ ਮੱਚ ਨਾਈਸ ਬਸ ਹੁਣ ਅੱਗੇ ਆਪਾਂ ਰੈਪਿਡ ਸਿਟੀ 'ਚ ਵੜ ਜਾਣਾ ਹੋਰ ਕਿੰਨਾ ਨੰਬਰ ਆ ਗਿਆ 70 ਨੰਬਰ ਲਾਵਾ ਆਉਣ ਲੱਗਾ ਆ 67 'ਤੇ ਸੋ ਆਪਾਂ ਐਗਜ਼ਿਟ ਲੈਣਾ 23 60 ਕੁ ਮੀਲਾਂ ਦੇ ਆਪਾਂ ਐਗਜ਼ਿਟ ਲੈ ਲੈਣਾ ਉਹ ਸੁੰਦਰ ਸੀ ਲੇਕ ਹੈ ਰਾਈਟ ਹੈਂਡ ਸਾਈਡ ਪੇ ਆਪਣੇ ਤੋ ਲੇਕ ਪੇ ਤੋ ਨਹੀਂ ਜਾ ਸਕਤੇ ਪਰ ਹਮ ਘਰ ਜਾ ਸਕਤੇ ਹੈ ਆਪਣੇ ਲੋ ਇੱਕ ਦਰਖਤ ਦੇਖ ਗਿਆ ਵਾ ਵੀ ਵਾਹ 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 ਸਾਨੂੰ ਇੱਕ ਦਰਖਤ ਆਕਸੀਜਨ ਦੇ ਰਿਹਾ ਦਰਖਤ ਇੱਥੇ ਜ਼ਿਆਦਾ ਨਹੀਂ ਹੈਗੇ ਆ ਉੱਦਾਂ ਦੂਰ ਦੂਰ ਯਾਰ ਮੈਂ ਧਿਆਨ ਨਹੀਂ ਮਾਰਿਆ ਚੰਗੀ ਤਰ੍ਹਾਂ ਹੈਗੇ ਆ ਦਰਖਤ ਮਾੜੇ ਮਾੜੇ ਉੱਦਾਂ ਵਧੀਆ ਯਾਰ ਧੁੱਪ ਹੈ ਨਹੀਂ ਗੀ ਐਨਕਾਂ ਲਾਉਣ ਦਾ ਸਿਆਪਾ ਹੈ ਨਹੀਂ ਕਿਤੇ ਧੁੱਪ ਨਿਕਲੀ ਹੁੰਦੀ ਐਨਕਾਂ ਲਾਈ ਰੱਖੋ ਬੁਰਾ ਹਾਲ ਹੋ ਜਾਂਦਾ ਐਨਕਾਂ ਲਾ ਲਾ ਕੇ ਵੀ ਅੱਖਾਂ ਐਂ ਘੁੱਟੀਆਂ ਹੋ ਜਾਂਦੀਆਂ ਉਹਦੇ ਵਿੱਚ ਮੈਨੂੰ ਲਾਉਣੀਆਂ ਪਸੰਦ ਨਹੀਂ ਆ ਪਰ ਯੂ ਗਾਈਜ਼ ਨੋ ਮੇਰੀਆਂ ਅੱਖਾਂ ਦੀ ਜਿਹੜੀ ਸਰਜਰੀ ਕਰਕੇ ਮੈਨੂੰ ਲਾਉਣੀ ਪੈਂਦੀ ਆ ਯਾਰ ਬਟ ਇਟਸ ਓਕੇ ਇਹ ਕਿਆ ਗਿਰਾ ਹੋਇਆ ਹਾਏ ਹਾਏ ਵਿਚਾਰਾ ਪਤਾ ਨਹੀਂ ਕੀ ਸੀ ਉਹਦਾ ਪਰ ਪਿਛਕੂ ਨਿਕਲ ਗਿਆ ਆ ਆਹ ਵੀ ਇੱਕ ਤਰ੍ਹਾਂ ਦੀ ਸਕੇਲ ਆ ਜਿਹੜੀ ਰਾਈਟ ਹੈਂਡ ਸਾਈਡ 'ਤੇ ਆ ਸਾਊਥ ਡਕੋਟਾ ਜਿੱਥੇ ਕਈ ਵੇਲੇ ਪੁਲਿਸ ਵਾਲੇ ਖੜ੍ਹੇ ਹੁੰਦੇ ਆ ਸੋ ਯੂ ਹੈਵ ਟੂ ਗੋ ਫਰੋਮ ਦੀ ਇਨਸਾਈਡ ਐਂਡ ਸ਼ੋ ਦੈਮ ਦਾ ਪੇਪਰ ਵਰਕ ਐਂਡ ਰੈਸਟ ਆਫ ਦਾ ਸ਼ੈੱਡ ਦੈਟਸ ਇਟ ਆਹ ਆ ਗਿਆ ਵੈਲਕਮ ਟੂ ਬੋਕਸ ਐਲਡਰ ਇਹ ਲਾਵਾ ਜਿਹੜਾ ਉਹ ਬੋਕਸ ਐਲਡਰ 'ਚ ਪੈਂਦਾ ਆ ਪੈਂਦਾ ਹੈ ਮੈਨੂੰ ਇੱਦਾਂ ਦੀ ਫੀਲਿੰਗ ਕਾਹਤੋਂ ਆ ਰਹੀ ਹੈ ਕਿ ਮੈਂ ਕੀ ਬੋਲ ਰਿਹਾ ਹੈ ਉੱਧਰ ਲਸ਼ਕਰੀ ਆ ਬਿਜਲੀ ਬਿਜਲੀ ਗਿਰੀ ਤਾਂ ਮੈਂ ਕਿਆ ਕਰੂੰ ਅੱਗੇ ਮੈਨੂੰ ਗਾਣਾ ਆਉਂਦਾ ਨਹੀਂ ਹੁਣ ਮੈਂ ਕੀ ਗਾਵਾਂ ਫੇ ਚੁੱਪ ਕਰ ਜਾ ਇੰਨੀ ਭੈੜੀ ਆਵਾਜ਼ ਨਾਲ ਲੋਕਾਂ ਦੇ ਕੰਨ ਪਾੜਨੇ ਆ ਰਾਈਟ ਸੋਰੀ ਇੰਨੀ ਸੁਰੀਲੀ ਆਵਾਜ਼ ਨਾਲ ਲੋਕਾਂ ਦੇ ਕੰਨ ਪਾੜਨੇ ਆ ਪਾ ਰਿਹਾ ਵਧੀਆ ਲੱਗ ਰਿਹਾ ਮਜ਼ਾ ਆ ਰਿਹਾ ਅੱਗੇ ਅੱਗੇ ਰੋਡ ਬਸ ਹੋਰ ਥੋੜ੍ਹੀ ਦੇਰ ਆਪਾਂ ਪਹਾੜਾਂ ਦੇ ਵਿੱਚ ਪੜ ਜਾਣਾ ਨਜ਼ਾਰੇ ਆ ਜਾਣੇ ਕੱਲ੍ਹ ਨੂੰ ਆਪਾਂ ਹੋਣਾ ਘਰੇ ਓ ਮਾਈ ਗੋਡ ਕਿੰਨੇ ਦਿਨ ਲੱਗ ਗਏ 4 ਤੇ 4 8 ਆਪਾਂ 11ਵੇਂ ਦਿਨ ਘਰ ਹੋਣਾ ਆ ਪਰ ਆਪਣੇ 11 ਵੀਡੀਓ ਜਿਹੜੀਆਂ ਆਉਣੀਆਂ ਉਹ 8-9 ਆਉਣੀਆਂ ਮੈਂ ਥੋੜ੍ਹੇ ਜਿਹੇ ਨਾ ਮਤਲਬ ਕਈ ਵੇਲੇ ਯਾਰ ਨਹੀਂ ਪੂਰਾ ਪੂਰੇ ਦਿਨ ਦਾ ਵਲੌਗ ਬਣਦਾ ਸੋ ਮੈਂ 2 ਦਿਨ ਦਾ ਇਕੱਠਾ ਕਰ ਦਿੰਦਾ ਕਈ ਵੇਲੇ ਮੈਂ ਪਿੱਛੋਂ ਹੀ ਕੱਟ ਦਿੰਦਾ ਹੁੰਦਾ ਵਲੌਗ ਕੋਈ ਬਾਏ ਨਹੀਂ ਕੋਈ ਹੈਲੋ ਨਹੀਂ ਸਿੱਧਾ ਕੱਟ ਕੇ ਅਗਲਾ ਸ਼ੁਰੂ ਕਰ ਦੀਦਾ ਆ ਸੋ ਇੱਦਾਂ ਵੀ ਕਈ ਵੇਲੇ ਹੋ ਜਾਂਦਾ ਆ ਯਾਰ ਉਹ ਆਪਸ਼ਨ ਨਹੀਂ ਹੁੰਦੀ ਉਦੋਂ ਕਿਉਂਕਿ ਹਜੇ ਆਪਾਂ ਨਵੇਂ ਯੂਟਿਊਬ 'ਤੇ ਆਉਣਾ ਜਿੱਦਾਂ ਜਿੱਦਾਂ ਪੁਰਾਣੇ ਹੋਈ ਜਾਵਾਂਗੇ ਫਿਰ ਕਰਾਂਗੇ ਇਹ ਚੀਜ਼ ਕਿਉਂਕਿ ਨਵੇਂ ਹੈਗੇ ਆ ਸੋ ਤੁਹਾਨੂੰ ਪਤਾ ਨਹੀਂ ਹੈ ਨਾ ਜੇ ਵੱਡਾ ਲੰਬਾ ਵਲੌਗ ਵਧੀਆ ਲੱਗਦਾ ਜੇ ਤਾਂ ਵਧੀਆ ਲੱਗਦਾ ਜਿਹੜੇ 4-5 ਜਣੇ ਪੱਕਾ ਦੇ ਦਿੱਤੇ ਤਾਂ ਦੱਸ ਦਿਓ ਆਪਾਂ ਲੰਬਾ ਕਰ ਦਿਆ ਕਰਾਂਗੇ ਵਲੌਗ ਨਹੀਂ ਤਾਂ 15-20 ਮਿੰਟ ਤਾਂ ਓਕੇ ਆ ਯਾਰ ਕਈ ਵੇਲੇ ਕਿੱਦਾਂ ਹੁੰਦੀ ਆ ਜਦੋਂ ਦੂਰ ਜਾਈਦਾ ਕਈ ਵੇਲੇ ਉੱਥੇ ਉਹ
ਨਾ ਕਈ ਵੇਲੇ ਬਲੌਗ ਨਹੀਂ ਚੀਜ਼ਾਂ ਕੱਟਣ ਨੂੰ ਦਿਲ ਕਰਦੀਆਂ ਉਹ ਤੁਹਾਨੂੰ ਦਿਖਾਉਣ ਨੂੰ ਦਿਲ ਕਰਦਾ ਹੁਣ ਜਿੱਦਾਂ ਦਾ ਮੌਸਮ ਹੈ ਦਿਖਾਉਣ ਨੂੰ ਤੁਹਾਨੂੰ ਦਿਲ ਕਰਦਾ ਕਿੰਨਾ ਸੋਹਣਾ ਲੱਗ ਰਿਹਾ ਆ ਆਹ ਫੋਰਟ ਡੋਜ ਆਇਓਵਾ ਮੈਂ ਇੱਥੇ ਵੀ ਗਿਆ ਆ ਫੋਰਟ ਡੋਜ ਆਇਓਵਾ ਦੇਖ ਲਓ ਦੱਸੀ ਆ ਨਾ ਮੈਨੂੰ ਆਹ ਪੁਲਿਸ ਵਾਲਾ ਖੜਾ ਉਹ ਸਪੀਡ ਲਿਮਿਟ ਹੋ ਗਈ ਆ 65 ਦੀ ਸੋ ਹੁਣ ਆਪਾਂ ਜਾਵਾਂਗੇ 70 ਦੀ ਸਪੀਡ ਤੇ ਪੁਲਿਸ ਵਾਲਾ ਖੜਾ ਆ ਮੈਨੂੰ ਲੱਗਾ ਕਿ ਮੈਂ 75 ਦੇ ਤੁਰਿਆ ਪਰ ਆ ਟਰੱਕ ਵਾਲੇ ਦਾ ਥੈਂਕ ਯੂ ਇਹਨੇ ਮੇਰੀ ਲਵਾਤੀ ਆ ਬ੍ਰੇਕ ਮੈਂ ਇੰਨੀ ਤੇਜ਼ ਤੇਜ਼ ਬੋਲ ਕਿਉਂ ਰਿਹਾ ਆ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਆ ਉਹਨੇ ਹੱਥ ਮਾਰਤਾ ਆਪਾਂ ਨੂੰ ਆਪਾਂ ਵੀ ਥੈਂਕ ਯੂ ਕਰਤਾ ਉਹਦਾ ਥੈਂਕ ਯੂ ਬ੍ਰੋ ਉਹ ਤੁਹਾਡੀ ਨੂੰ ਅੱਗੇ ਆ ਮੌਸਮ ਚੈੱਕ ਕਰੋ ਇੰਨੀ ਤੇਜ਼ ਹਵਾ ਚੱਲਦੀ ਪਈ ਹੈ ਨਾ ਇੰਨਾ ਜ਼ਿਆਦਾ ਬੁਰਾ ਹਾਲ ਮਤਲਬ ਟਰੱਕ ਹਿਲਦਾ ਪਿਆ ਪੂਰਾ ਪਰ ਆਪਣਾ ਲੋਡ ਭਾਰਾ ਆਇਆ ਉਹਦੇ ਕਰਕੇ ਟਿਕਿਆ ਟਰੱਕ ਹਜੇ ਓਏ ਆ ਸੋਚੋ ਇੱਥੇ ਸਮਰ ਜਾ ਹਾਲ ਆ ਇੱਥੇ ਵਿੰਟਰ ਦਾ ਕੀ ਸੀਨ ਹੋਊਗਾ ਆ ਜਿਹੜੇ ਏਰੀਏ ਛੋੜ ਆਪਾਂ ਪਹੁੰਚ ਚੁੱਕੇ ਹਾਂ ਨਾ ਇਹ ਵਿੰਟਰ 'ਚ ਖਤਰਨਾਕ ਏਰੀਆ ਉੱਥੇ ਆਣ ਪੂਰੀ ਸਨੋ ਜਿਹੜੇ ਹਾਈਵੇ 'ਤੇ ਜਾਣਾ ਆ ਮੈਨੂੰ ਲੱਗਦਾ ਆਪਾਂ ਸਾਰਿਆਂ ਮੀਂਹ ਮਿਲਣਾ ਹੈ ਨਾ ਟਰੱਕ ਆਪਣਾ ਧੋ ਜਾਣਾ ਪੈਸੇ ਬਚ ਗਏ ਪੈਸੇ $100 ਬਚ ਜਾਣਾ ਸਾਡਾ ਪਰ ਆ ਕਿੰਨਾ ਘੈਂਟ ਮੌਸਮ ਆ ਪਿਆ ਸੱਚੀ ਉੱਥੇ ਮੈਂ ਕਹਿੰਦਾ 70 ਦੇ ਤੁਰੇ ਹੁਣ ਤਾਂ ਮੌਸਮ ਸ਼ਾਇਦ ਤੁਹਾਨੂੰ ਮੈਂ ਚੁੱਪ ਕਰਦਾ ਆਵਾਜ਼ ਆਹ ਜੇ ਦਰਖਤ ਦੇਖੋ ਕਿੱਦਾਂ ਹੁੰਦਾ ਓਏ ਖੜ ਜਾ ਚਾਚਾ ਵਿੱਚ ਬੜੀ ਜਾਂਦਾ ਜੀ ਇੱਧਰ ਵੀ ਲੇਟ ਚੋਣਾ ਹੀ ਓ ਤੁਹਾਡੀ ਨੂੰ ਉਹ ਸ਼ਾਇਦ ਲੈਫਟ ਹੈਂਡ ਸਾਈਡ ਤੇ ਤੁਹਾਨੂੰ ਬੱਦਲ ਦੀ ਦੇਊਗੇ ਇੱਧਰ ਨੂੰ ਕਿੰਨੀ ਤੇਜ਼ ਨਾ ਆ ਰਹੇ ਆਪੇ ਸੋਚ ਲਓ ਕਿੰਨੀ ਤੇਜ਼ ਹਵਾ ਚੱਲਦੀ ਆ ਚੱਲ 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 ਚੜ ਜਾ ਚੜ੍ਹਾਈ ਚੜ੍ਹ ਜਾ ਚੜ੍ਹਾਈ ਪਿੱਛੇ ਗਾਲਾਂ ਕੱਢਣ ਲੱਗ ਪਏ ਹੋਣੇ ਆ ਮੈਨੂੰ ਇਹ ਬੰਦੇ ਨੇ ਸਾਡੇ ਮੂਹਰੇ ਟਰੱਕ ਕਰਤਾ ਕਾਲੇ ਬੱਦਲ ਥੱਲੇ ਆਏ ਅੱਗੇ ਮੀਂਹ ਪੈ ਰਿਹਾ ਬਹੁਤ ਤਗੜੇ ਵਾਲਾ ਚੱਲ ਆਪਣੇ ਵਾਈਪਰ ਟੈਸਟ ਹੋ ਜੂਗੇ ਅੱਜ ਮੈਂ ਮੈਨੂੰ ਇਹੀ ਟੈਨਸ਼ਨ ਆ ਮੇਰੇ ਵਾਈਪਰ ਨਾਲੇ ਠੀਕ ਹੈ ਹੋਰ ਉਹਨਾਂ ਦੇ ਲੌਕ ਨਹੀਂ ਲੱਗਾ ਚੱਜ ਨਾ ਮਤਲਬ ਇੱਕ ਲੌਕ ਉਹ ਖਿੱਚਣ ਵਾਲਾ ਆ ਖਿੱਚਣ ਵਾਲਾ ਲੌਕ ਲੱਗਾ ਆ ਪਰ ਉਹ ਲੌਕ ਕੋਈ ਵੀ ਚੱਜਣਾ ਨਹੀਂ ਆ ਮਤਲਬ ਉਹਦੇ ਉੱਤੇ ਐਕਸਟਰਾ ਲੌਕ ਨਹੀਂ ਲੱਗਾ ਹੋਇਆ ਹੈ ਨਾ ਜਿੱਦਾਂ ਲੱਗੇ ਹੁੰਦੇ ਆ ਵਾਈਪਰਾਂ 'ਤੇ ਆ ਤੁਹਾਨੂੰ ਦਿਖਾ ਦਿੰਦਾ ਆਹ ਜਿਹੜਾ ਵਾਈਪਰ ਹੈ ਨਾ ਬਸ ਇੱਦਾਂ ਹੀ ਫਸਿਆ ਵਿੱਚ ਇਹਦੇ ਉੱਤੇ ਐਕਸਟਰਾ ਇੱਕ ਕਲਿੱਪ ਵਾਲਾ ਲੌਕ ਹੁੰਦਾ ਆ ਉਹ ਵਾਲਾ ਲੌਕ ਇਹਦੇ 'ਤੇ ਹੈ ਨਹੀਂ ਗਾ ਸੋ ਮੈਨੂੰ ਇਹੀ ਟੈਨਸ਼ਨ ਆ ਮੇਰਾ ਵਾਈਪਰ ਕਿਤੇ ਨਿਕਲ ਕੇ ਦੌੜ ਹੀ ਨਾ ਪਵੇ ਉਹਦੇ ਟਰੱਕ ਨਹੀਂ ਸਿੱਧੀ ਸਿੱਧਾ ਚੱਲ ਰਿਹਾ ਲੇਨਾਂ 'ਚੋਂ ਬਾਹਰ ਜਾ ਰਿਹਾ ਮੋਟਰਸਾਈਕਲ ਲਾ ਕੇ ਬਹਿ ਗਿਆ ਸਾਈਡ 'ਤੇ ਬਾਈ ਕਰਤੀ ਮੈਂ ਉਹਨੂੰ ਬਾਈ ਮੀਂਹ ਆ ਗਿਆ ਚੱਕ ਵਾਈਪਰ ਸਾਡੇ ਚੱਲ ਪੈਣਾ ਸ਼ੀਸ਼ਾ ਹੋ ਜਾਣਾ ਸਾਫ ਬਸ ਹੁਣ ਮੀਂਹ ਜ਼ੋਰ ਨਾ ਪੈ ਜਾਵੇ ਸ਼ੀਸ਼ਾ ਓਏ ਤੁਹਾਡੀ ਨੂੰ ਮੈਂ ਵੀ ਤੁਹਾਨੂੰ ਬਿਜਲੀ ਦਿਖੀ ਹੋਵੇ ਮੈਂ ਵੀ ਮੌਸਮ ਖਰਾਬ ਹੋਣ ਦੇ ਪੂਰੇ ਪੂਰੇ ਹੋ ਗਏ ਨੇ ਸੰਬੰਧ ਪਰ ਟੈਂਪਰੇਚਰ ਹੈਗਾ ਉੱਤੇ ਹਜੇ ਤਾਂ ਸਨੋਹ ਤੋਂ ਬਹੁਤ ਦੂਰ ਆ ਜੇ 2-3 ਮਹੀਨੇ ਪਏ ਆ ਵਿੱਚ ਆ ਚੜ੍ਹ ਗਏ ਅਗਸਤ ਸੈਪਟੰਬਰ ਕਨੇਡਾ ਸਪਤੰਬਰ ਤੋਂ ਬਾਅਦ ਕਹਿਣ ਲੱਗਾ ਸੀ ਕਨੇਡਾ ਸਪਟੈਂਬਰ ਅਕਤੂਬਰ ਨਵੰਬਰ ਦਸੰਬਰ ਨਵੰਬਰ ਤੱਕ ਆ ਹੀ ਜਾਂਦੀ ਇੱਦੀ ਸਨੋਹ ਸ਼ਾਇਦ ਹਾਂ ਨਵੰਬਰ 'ਚ ਮਿਲ ਜਾਂਦੀ ਆ ਸਨੋਹ ਉਹ ਵੀ ਆ ਗਿਆ ਵਾ ਗਿਆ ਮੀਂਹ ਸ਼ੀਸ਼ੇ ਸਾਡੇ ਸਾਫ਼ ਹੋ ਜਾਣੇ ਅੱਗੇ ਪੈ ਰਿਹਾ ਬਹੁਤ ਜ਼ਿਆਦਾ ਮੀਂਹ ਉਹ ਟਰੱਕ ਮੈਨੂੰ ਦੇਖ ਰਿਹਾ ਆ ਜਿਹੜਾ ਪਾਣੀ ਅੜਾ ਰਿਹਾ ਆ ਲਓ ਜੀ ਰੋਡ ਹੋ ਗਏ ਨੇ ਗਿੱਲੇ ਅਤੇ ਹੁਣ ਆਪਾਂ ਹਵਾ ਇੱਕ ਨਾ ਅੱਗਿਓ ਚੱਲਦੀ ਪਈ ਆ ਪਿੱਛੇ ਨੂੰ ਟਰੱਕ ਦੀ ਸਪੀਡ ਸਾਰੀ ਡਾਊਨ ਕੀਤੀ ਆ ਟਰੱਕ ਨੂੰ ਤੁਰਨ ਨਹੀਂ ਦੇ ਰਹੀ ਇੰਨੀ ਤੇਜ਼ ਹਵਾ ਚੱਲਦੀ ਮੈਂ ਤੁਹਾਨੂੰ ਦੱਸਾਂ ਕਿੰਨੇ ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਆ ਇੱਥੇ ਵੈਦਰ 2 ਮਿੰਟ ਲੱਗ ਦਿਓ ਮੈਨੂੰ ਇਹ ਹੈਗਾ ਬਲੈਕ ਹੌਕ ਓਏ ਹੋਏ ਆਈਸੋਲੇਟਡ ਥੰਡਰ ਸਟੋਰਮ ਹੈ ਆਈਸੋਲੇਟਡ ਥੰਡਰ ਕਿਉਂਕਿ ਇਹਨਾਂ ਏਰੀਆ 'ਚ ਹੈ ਨਾ ਉਹ ਵੀ ਬਹੁਤ ਆਉਂਦੇ ਆ ਗੋਲ ਗੋਲ ਕੀ ਹੁੰਦੇ ਆ ਟਰਨੈਡੋ ਕਿਉਂਕਿ ਇੱਧਰਲੀ ਸਾਈਡ ਹੀ ਮੈਂ ਟਰਨੈਡੋ ਦੇਖਿਆ ਸੀਗਾ ਬੜਾ ਹੀ ਖਤਰਨਾਕ ਸੀਗਾ ਉਦੋਂ ਮੈਂ ਇੱਦਾਂ ਦੀਆਂ ਵੀਡੀਓ ਬਣਾਉਂਦਾ ਨਹੀਂ ਸੀ ਹੁਣ ਤਾਂ ਚਲੋ ਬਣਾਈ ਦੀ ਆ ਹੁਣ ਤੁਹਾਨੂੰ ਵੀ ਦਿਖਾ ਸਕਦੇ ਹਾਂ ਜਿਹੜਾ ਵਿੰਡ ਪ੍ਰੈਸ਼ਰ ਯਾਰ ਇੰਨਾ ਘੱਟ ਕਾਹਦੇ ਸ਼ੋਅ ਕਰ ਰਿਹਾ ਆ 20-22 ਮਾਈਲ ਸ਼ੋਅ ਕਰ ਰਿਹਾ ਆ ਉਹ ਝੰਡੇ ਤੋਂ ਹਿਸਾਬ ਲਾ ਲਓ ਹਵਾ ਕਿੰਨੀ ਤੇਜ਼ ਚੱਲਦੀ ਪਈ ਆ 20 ਮਾਈਲ ਪਰ ਆਵਰ ਮੀਨ 35 ਕਿਲੋਮੀਟਰ ਦੇ ਹਿਸਾਬ ਨਾਲ ਸਪੀਡ ਪਰ ਜ਼ਿਆਦਾ ਆ ਯਾਰ ਬਹੁਤ ਜ਼ਿਆਦਾ ਉਹਦੇ ਨਾਲ ਉਹਦਾ ਹਵਾ ਬਹੁਤ ਜ਼ਿਆਦਾ ਉਹ ਮਾਈ ਗੋਡਸ ਹੋ ਗਿਆ ਵਾਈਪਰ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਨੇ $5 ਵਾਲਾ ਵਾਈਪਰ ਬਹੁਤ ਵਧੀਆ ਕੰਮ ਕਰ ਰਿਹਾ
ਆ ਸਾਡਾ ਬਈ ਇੰਨੀ ਤੇਜ਼ ਆ ਵਾ ਚੱਲਦੀ ਟਰੱਕ ਦੇ ਨਾ ਆਰ ਪੀ ਐਮ ਦਾ ਪੂਰਾ ਜ਼ੋਰ ਲੱਗਾ ਆ ਕਹਿਣ ਦਾ ਮਤਲਬ ਜਿਹੜਾ ਡੀਜ਼ਲ ਵਾਲੀ ਉਹ ਹੁੰਦੀ ਉਹ ਐਨ ਥੱਲੇ ਗਈ ਉਹ ਆ ਉਹ ਜੀ ਦਿਖਣੋਂ ਹਟ ਗਿਆ ਅੱਗੇ ਉੱਥੇ ਲੋਕਾਂ ਨੇ ਪਤਾ ਹੀ ਸੀ ਪਹਿਲੇ ਬ੍ਰੇਕਾਂ ਮਾਰਨੀਆਂ ਹੀ ਇਹਨਾਂ ਨੇ ਉਹ ਮਾਈ ਗੋਡਸ ਹੋ ਗਿਆ ਅੱਗੇ ਔਰ ਲੱਗ ਬਹਿ ਗਏ ਲੋਕੀ ਸਾਈਡ ਤੇ ਲਾ ਕੇ ਬਸ ਯਾਰ ਉਹ ਡਲੇ ਜਾਂ ਡਿੱਗਣ ਮੈਨੂੰ ਉਹਨਾਂ ਦੀ ਟੈਨਸ਼ਨ ਆ ਉਹ ਭੱਜਦੇ ਬਹੁਤ ਜ਼ੋਰ ਨਾਲ ਆ ਵਾਈਪਰ ਕੰਮ ਵਧੀਆ ਕਰ ਰਹੇ ਨੇ $5 ਪਾਸ ਆ ਉਹਦਾ 14 ਜਿਹੜਾ ਇਹ ਹੈਗੇ ਮਿਚਲਨ ਦੇ ਇਹਨਾਂ ਨੂੰ ਉੱਤੇ ਮਿਚਲਨ ਲਿਖਿਆ ਆ ਇਹ ਨਹੀਂ ਪਤਾ ਅਸਲੀ ਆ ਕਿ ਨਹੀਂ ਅਸਲੀ ਆ ਜਾ ਯਾਰ ਲੈਟਾਂ ਸੱਚ ਮੇਰੀਆਂ ਦਾ ਆਰਡਰ ਤੇਰੀ ਮਾਂ ਨੂੰ ਆਂਟੀ ਆਖਾਂ ਆ ਜਾ ਇੱਧਰ ਲਈ ਲੇਨ ਸੁਣ ਕੋਈ ਵੀ ਬਹੁਤ ਤੇਜ਼ ਪੈ ਰਿਹਾ ਬਹੁਤ ਜ਼ਿਆਦਾ ਹੀ ਓਕੇ ਫੋਰ ਵੇ ਨਾਨ ਕਰਦੇ ਨੇ ਉਹਨੇ ਉਹ ਹੋ ਲੈਫਟ ਲੇਨ ਨੂੰ ਵੀ ਬੰਦ ਹੋ ਜਾ ਰਾਈਟ ਪਾਰ ਡਾਊਨ ਦੀ ਸਾਈਡ ਕਈ ਸਾਈਡ ਦੇ ਯਾਰ ਲੋਕੀ ਰੋਡ ਦੀਆਂ ਗੱਡੀਆਂ ਸਾਈਡਾਂ ਤੇ ਨਾ ਲਾ ਕੇ ਬਹਿ ਗਏ ਨੇ ਚੱਲ ਮੋਟਰਸਾਈਕਲ ਵਾਲਿਆਂ ਦਾ ਤਾਂ ਮੰਨਿਆ ਉਹਨਾਂ ਦਾ ਰੌਲਾ ਆ ਆਪਾਂ ਕੀ ਰਾਈਟ ਲੇਨ 'ਚ ਜਾਵਾਂ ਲੋਕੀ ਲਾ ਕੇ ਬੈਠੇ ਆ ਗੱਡੀਆਂ ਤੋਂ ਆਪਾਂ ਲੈਫਟ 'ਚ ਹੀ ਜਾਵਾਂਗੇ ਮੀਂਹ ਤਾਂ ਬਹੁਤ ਜ਼ਿਆਦਾ ਪੈ ਰਿਹਾ ਬਹੁਤ ਜ਼ਿਆਦਾ ਕੀ ਦੇਖ ਹੀ ਸਕਦੇ ਹਾਂ ਮੁਰੇ ਨਾ ਲੈਫਟ ਲੇਨ ਬੰਦ ਹੋ ਜਾਣੀ ਹੈ ਆਪਾਂ ਇੱਧਰ ਵੀ ਲੇਨ ਚਾਹੀਏ ਹੌਲੀ ਹੌਲੀ ਵਾਈਪਰ ਹੋ ਗਏ ਨੇ ਕਾਮਯਾਬ ਹਮ ਹੋਗੇ ਕਾਮਯਾਬ ਹਮ ਹੋਗੇ ਕਾਮਯਾਬ ਕਹਿੰਦੇ ਇੱਦਾਂ ਗਾਣਾ ਗਾਉਣ ਨਾਲ ਵੀ ਕਾਪੀਰਾਈਟ ਆ ਜਾਂਦਾ ਸੋ ਇੱਦਾਂ ਦਾ ਪੰਗਾ ਨਾ ਹੀ ਲਈਏ ਹੈ ਨਾ ਇੰਨੀ ਸਾਡੀ ਸੁਰੀਲੀ ਆਵਾਜ਼ ਤਾਂ ਹੈ ਨਹੀਂ ਜਿਹੜਾ ਕਾਪੀਰਾਈਟ ਵਾਲਾ ਉਹ ਜਿਹੜਾ ਵੀ ਫਾਊਂਡਰ ਹੁੰਦਾ ਸਾਡੀ ਆਵਾਜ਼ ਨਾਲ ਗਾਣਾ ਲੱਭ ਲੂ ਓ ਸ਼ਿਟ ਯਾਰ ਮੈਂ ਆਪਣੀ ਬੇਇੱਜ਼ਤੀ ਆਪ ਹੀ ਕਰੀ ਜਾਂਦਾ ਜਦੋਂ ਇੱਦਾਂ ਦਾ ਮੌਸਮ ਹੁੰਦਾ ਇੱਦਾਂ ਬੰਦਾ ਅੱਗੇ ਨੂੰ ਹੋ ਕੇ ਬਹਿ ਜਾਂਦਾ ਕਿ ਦੇਖਦਾ ਕਿ ਸਾਰਾ ਕੁਛ ਅੱਗੇ ਸਹੀ ਚੱਲਦਾ ਪਿਆ ਆ ਬੜਾ ਬੜਾ ਥੋੜ੍ਹਾ ਜਿਹਾ ਹੋ ਜਾਂਦਾ ਡੇਂਜਰਸ ਜੀ ਮੂਵਮੈਂਟ ਇੱਕ ਤਰ੍ਹਾਂ ਦੀ ਹੈ ਜੀ ਕਿਉਂਕਿ ਸਿੱਧਾ ਚੱਲ ਰਹੇ ਹਾਂ ਫਿਰ ਨਹੀਂ ਕੋਈ ਵੀ ਟੈਨਸ਼ਨ ਜਦੋਂ ਕੋਈ ਮੂਹਰੇ ਬੇਵਕੂਫ ਬੰਦਾ ਆ ਜਾਂਦਾ ਆ ਇੱਕਦਮ ਬ੍ਰੇਕ ਮਾਰ ਦਿੰਦਾ ਆ ਉਹ ਮੇਨ ਟੈਨਸ਼ਨ ਆ ਸੋ ਆਪਾਂ ਘੱਟੋ ਘੱਟ ਨਹੀਂ ਡੇਢ ਤੋਂ ਦੋ ਟਰੱਕ ਦਾ ਗੈਪ ਪਾ ਕੇ ਆਰਾਮ ਨਾਲ ਤੁਰੀ ਤੁਰੇ ਜਾਣਾ ਹੈ ਨਾ 65 ਦੀ ਸਪੀਡ ਲਿਮਿਟ ਆਪਾਂ ਜਾ ਰਹੇ ਹਾਂ ਇਸ ਵੇਲੇ 15 ਮਾਈਲ ਦੀ ਸਪੀਡ 'ਤੇ ਸੋ ਹੌਲੀ ਹੌਲੀ ਇੱਥੋਂ ਨਿਕਲਾਂਗੇ ਮਜ਼ੇ ਦੇ ਨਾਲ ਪਰ ਮੌਸਮ ਬੜਾ ਖਰਾਬ ਆ ਬਹੁਤ ਜ਼ਿਆਦਾ ਖਰਾਬ ਆ ਦੋਨਾਂ ਪਾਸੇ ਟ੍ਰੈਫਿਕ ਲੱਗਾ ਪਿਆ ਆ ਇੱਕ ਏਰੀਆ ਕੰਸਟਰਕਸ਼ਨ ਆ ਹਵਾ ਹੁਣ ਹੈ ਨਾ ਇੱਧਰੋਂ ਇੱਧਰ ਨੂੰ ਚੱਲ ਰਹੀ ਹੈ ਐਨ ਪੂਰੇ ਜ਼ੋਰਾਂ ਅਤੇ ਸਾਡਾ ਸ਼ੀਸ਼ਾ ਨਾ ਐਨ ਮੇਰਾ ਮੂੰਹ ਜ਼ਿਆਦਾ ਗੰਦਾ ਆ ਇਹਦੇ ਨਾਲੋਂ ਜ਼ਿਆਦਾ ਸਾਫ ਹੋ ਗਿਆ ਆ ਆਪਣੀ ਬੇਇੱਜ਼ਤੀ ਕਰਦੀ ਹੈ ਕੋਈ ਬਾਤ ਨਹੀਂ ਚਲਦਾ ਹੈ ਇਤਨਾ ਕੁ ਉਹ ਅੱਗੇ ਥੋੜ੍ਹਾ ਜਿਹਾ ਬੱਦਲ ਜਿਹਾ ਸਾਫ਼ ਦਿਖੇ ਨੇ ਮੈਨੂੰ ਮੈਨੂੰ ਲੱਗਦਾ ਅੱਗੇ ਮੌਸਮ ਸਹੀ ਆ ਉਹ ਵਿੱਚ ਜੇ ਥੋੜ੍ਹਾ ਜਿਹਾ ਉਹੀ ਸੀਗਾ ਵਿੱਚ ਪੈਚ ਹੀ ਸੀਗਾ ਆਹ ਵਾਲਾ ਸਾਡਾ ਟਰੱਕ ਧੋ ਹੋ ਗਿਆ ਮੈਂ ਸੋਚਦਾ ਉੱਤਰ ਕੇ ਕੱਪੜਾ ਨਾ ਮਾਰਦੀ ਹੈ ਟਰੱਕ 'ਤੇ ਐਨ ਚੌਂਕ ਜਾਣਾ ਆ ਇੰਡੀਆ ਨਾ ਮੈਂ ਆਪਣੀ ਜਿਹੜੀ ਮੇਰੇ ਕੋਲ ਗੱਡੀ ਹੁੰਦੀ ਸੀਗੀ I-20 ਮੈਂ ਕੀ ਕਰਨਾ ਜਦੋਂ ਮੀਂਹ ਪੈਣਾ ਨਾ ਮੈਂ ਉਹਦੇ 'ਤੇ ਕੱਪੜਾ ਮਾਰ ਦੇਣਾ ਕਿਉਂਕਿ ਜਦੋਂ ਮੀਂਹ 'ਚ ਗੱਡੀ ਜਿਹੜੇ ਆ ਮੀਂਹ ਦੇ ਪਾਣੀ ਨਾਲ ਗੱਡੀ ਧੋ ਹੁੰਦੀ ਜਿਹੜੀ ਉਹਦੇ ਨਾਲ ਸ਼ਾਈਨ ਆਉਂਦੀ ਹੁੰਦੀ ਸੀਗੀ ਅਤੇ ਉਹ ਆਪਣੇ ਘਰ ਦੂਜੇ ਪਾਣੀ ਨਾਲ ਧੋ ਕੇ ਕਦੀ ਨਹੀਂ ਸ਼ਾਈਨ ਆਉਂਦੀ ਸੀ ਮੈਂ ਗੱਡੀ ਧੋ ਜਦੋਂ ਮੀਂਹ ਪੈਣਾ ਮੈਂ ਦੋਵਾਂ ਦਾ ਕੱਪੜਾ ਮਾਰ ਦੇਣਾ ਉੱਤੋਂ ਮੀਂਹ ਨਾਲ ਗੱਡੀ ਐਨ ਸਾਫ਼ ਹੋ ਜਾਂਦੀ ਹੁੰਦੀ ਸੀਗੀ ਅਤੇ ਮੁੜ ਕੇ ਉੱਤੇ ਜਦੋਂ ਮੀਂਹ ਹਟ ਜਾਣਾ ਸੁੱਕਾ ਕੱਪੜਾ ਮਾਰ ਦੇਣਾ ਚੰਗੀ ਭਾਵੇਂ ਗੱਡੀ ਦੇ ਟਾਇਰ ਥੋੜ੍ਹੇ ਜਿਹੇ ਬਾਹਰ ਹੁੰਦੇ ਸੀਗੇ ਸਾਫ਼ ਬਾਅਦ 'ਚ ਕਰਨੀ ਗੰਦੀ ਸਾਲੀ ਪਹਿਲਾਂ ਆਣੀ ਕਿਉਂਕਿ ਮੀਂਹ ਦਾ ਨੰਬਰ ਬਹੁਤ ਬੁਰਾ ਹਾਲ ਦਿੰਦਾ ਹੁੰਦਾ ਜਿਹੜਾ ਹੁਣ ਤਾਂ ਚਲੋ ਹੋਰ ਬੁਰਾ ਹਾਲ ਆ ਲੋ ਵੀ ਅੱਗੇ ਮੌਸਮ ਦੇਖੋ ਤੁਸੀਂ ਦੇਖ ਸਕਦੇ ਆਪਾਂ ਬੱਦਲਾਂ ਦੇ ਬਾਹਰ ਕਿੱਦਾਂ ਨਿਕਲ ਰਹੇ ਹਾਂ ਯਾਰ ਅੱਗੇ ਦੇਖੋ ਹੁਣ ਕਿੱਦਾਂ ਵਧੀਆ ਹੋ ਗਿਆ ਆ ਉਹ ਵਿਚਾਰੇ ਲੋਕ ਉੱਥੇ ਖੜ੍ਹੇ ਗਿੱਲੇ ਨੇ ਗੱਡੀਆਂ ਲੈ ਕੇ ਕਿ ਗਿੱਲੇ ਗੱਡੀ ਸਾਡੀ ਗਿੱਲੀ ਨਾ ਹੋ ਜਾਵੇ ਓ ਮਾਈ ਗੋਡ ਵੀ ਪਾਸਟ ਦ ਥੰਡਰ ਸਟੋਰਮ ਸੋ ਨਿਕਲੀਏ ਇੱਥੋਂ ਸ਼ੀਸ਼ਾ ਸਾਡਾ ਹੋ ਗਿਆ ਸਾ ਮੈਂ ਤਾਂ ਹੀ ਕਹਿੰਦਾ ਹੁੰਦਾ ਥੋੜ੍ਹੇ ਟਾਈਮ ਵਾਲਾ ਨਾ ਥੋੜ੍ਹਾ ਜਿਹਾ ਮੀਂਹ ਮਿਲ ਜਾ ਕਰੇ ਕਿਤੇ ਸਾਡਾ ਸ਼ੀਸ਼ਾ ਐਨ ਚੌਂਕ ਹੀ ਆਉਂਦਾ ਆ ਬਾਹਰ ਦੇਖਣ ਦਾ ਮਜ਼ਾ ਆਉਂਦਾ ਤੁਹਾਨੂੰ
ਪਤਾ ਕਿ ਵੀਡੀਓ ਦੀ ਕਲੈਰਿਟੀ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਨਾ ਜਦੋਂ ਸ਼ੀਸ਼ਾ ਸਾਫ਼ ਹੁੰਦਾ, ਜਦੋਂ ਸ਼ੀਸ਼ਾ ਗੰਦਾ ਹੁੰਦਾ ਉਹ ਪਤਾ ਨਹੀਂ ਕੈਮਰਾ ਕਦੀ ਅੰਦਰਲਾ ਫੋਕਸ ਲੈ ਲੈਂਦਾ ਕਦੀ ਬਾਹਰਲਾ, ਇੱਦਾਂ ਹੀ ਚੱਲਦਾ ਰਹਿੰਦਾ ਆ, ਹੁਣ ਤਾਂ ਐਨ ਚਮਕ ਗਿਆ ਆ। ਵਾਈਪਰ ਪਾਸ ਆ ਵੀ $5 ਨੋਟ ਬੈਡ, ਨਾ ਸ਼ੀਸ਼ੇ ਤੇ ਪਾਣੀ ਛੱਡ ਰਿਹਾ ਵਾਈਪਰ, ਘੈਂਟ ਆ, ਘੈਂਟ ਕੰਮ ਹੋ ਗਿਆ। ਤੁਸੀਂ ਦੇਖ ਸਕਦੇ ਆ ਐਨ ਨਜ਼ਾਰੇਦਾਰ ਆ। ਮੈਂ ਲੈ ਕੇ ਹੁਣ ਦੋ ਵਾਈਪਰ ਇਹਦੇ ਨਾਲ ਦੇ ਹੋਰ ਰੱਖ, ਜੇ ਜਲਦੀ ਟੁੱਟ ਵੀ ਜਾਣ ਜਾਂ ਕੁਛ ਵੀ ਹੋ ਜਾਣ ਆਪਣੇ ਤੋਂ ਐਕਸਟਰਾ ਪਏ ਹੋਣੇ ਚਾਹੀਦੇ ਆ। ਮੈਂ ਨਾ ਸ਼ੀਸ਼ਾ ਆਪਣਾ ਇਸੇ ਚੱਕਰ 'ਚ ਖਰਾਬ ਕੀਤਾ, ਮੈਂ ਨਾ ਵਾਈਪਰ ਦੇਸੀ ਜੇ ਲੈ ਕੇ ਖਰਾਬ ਵਾਲੇ ਪਏ, ਇਹਦੀ ਰਬੜ ਬਹੁਤ ਵਧੀਆ ਆ ਵੈਸੇ ਭਾਵੇਂ $5 ਦਾ। ਇਹਦਾ ਬਸ ਨਾ ਐਕਸਟਰਾ ਕਲਿੱਪ ਹੈ ਨਹੀਂ ਗੇ, ਇਹਦੇ 'ਚ ਵਾਈਪਰ ਸੇਮ ਹੀ ਆ, ਵੀ ਕਲਿੱਪ ਹੈ ਨਹੀਂ ਗੇ ਇਹ 'ਚ ਐਕਸਟਰਾ। ਚਲੋ ਮੈਂ ਕਹਿ ਜਿੱਥੋਂ ਨਿਕਲੀਏ ਫਿਰ ਤੁਹਾਨੂੰ ਅੱਗੇ ਜਾ ਕੇ ਕੋਈ ਦੱਸਦੇ ਹਾਂ ਕਿੱਦਾਂ ਦਾ ਸੀਨ ਆ, ਕਿੱਦਾਂ ਦਾ ਮਾਹੌਲ ਆ। ਲਓ ਜੀ ਆਪਾਂ ਬੈਲਾ ਪੋਸਟ ਦੇ ਲਾਗੇ ਪਹੁੰਚ ਗਏ ਹਾਂ, ਅਤੇ ਇੱਥੇ ਵਨ ਲੇਨ ਟ੍ਰੈਫਿਕ ਔਨ ਕੀਤਾ ਆ, ਉੱਧਰੋਂ ਟ੍ਰੈਫਿਕ ਆਊਗਾ, ਪਾਇਲਟ ਕਾਰ ਆਊਗੀ ਅਤੇ ਆਪਾਂ ਫਿਰ ਉੱਧਰੋਂ ਇੱਧਰ ਨੂੰ ਜਾਵਾਂਗੇ। ਉਹ ਖੜਾ ਬੰਦਾ ਸਟੋਪ ਸਾਈਨ ਲੈ ਕੇ, ਦੇਖ ਗਿਆ ਤੁਹਾਨੂੰ? ਹਾਂ, ਹੁਣ ਉੱਧਰੋਂ ਜਦੋਂ ਆਊਗਾ ਟ੍ਰੈਫਿਕ ਆਪਾਂ ਨੂੰ ਇਹ ਉੱਧਰੋਂ ਭੇਜੂਗਾ, ਉੱਧਰ ਨੂੰ ਮੂਹਰੇ ਗੱਡੀ ਲੱਗੂਗੀ ਪਾਇਲਟ ਕਾਰ, ਕਿਉਂਕਿ ਪਿੱਛੇ ਵੀ ਸੇਮ ਸੀਗਾ ਅਤੇ ਇੱਥੇ ਵੀ ਇੱਦਾਂ ਹੀ ਹੋਣਾ। ਚਲੋ ਜਦੋਂ ਆ ਗਿਆ ਫਿਰ ਤੁਹਾਨੂੰ ਦਿਖਾਉਂਦੇ ਹਾਂ। ਇੱਥੇ ਵੀ ਲਾਸਟ ਟਾਈਮ ਵੀ ਮੈਨੂੰ ਇੱਥੇ ਹੀ ਮਿਲਿਆ ਸੀ ਇਹ ਵਾਲਾ ਟ੍ਰੈਫਿਕ, ਜਦੋਂ ਮੈਂ ਨਵਾਂ ਨਵਾਂ ਬਲੌਗ ਬਣਾਉਣਾ ਸ਼ੁਰੂ ਕੀਤਾ ਸੀ ਉਦੋਂ ਵੀ ਦਿਖਾਇਆ, ਅੱਜ ਤੁਹਾਨੂੰ ਫਿਰ ਦਿਖਾਉਂਦੇ, ਕਿਉਂਕਿ ਹੁਣ ਤਾਂ ਨਵਾਂ ਹੋ ਗਿਆ ਪੁਰਾਣਾ ਹੋ ਗਿਆ ਨਾ ਬਲੌਗ, ਤੁਹਾਨੂੰ ਅੱਜ ਫਿਰ ਦਿਖਾਉਂਦੇ ਕਿੱਦਾਂ ਇੱਥੇ ਟ੍ਰੈਫਿਕ ਮੇਨਟੇਨ ਕਰਦੇ ਆ ਜਦੋਂ ਇੱਦਾਂ ਕੰਸਟਰਕਸ਼ਨ ਚੱਲਦੀ ਹੁੰਦੀ ਆ ਦੂਜੀ ਲੇਨ ਦੇ ਵਿੱਚ, ਫਿਰ ਇੱਦਾਂ ਕਰਕੇ ਦੂਸਰਾ ਟ੍ਰੈਫਿਕ ਖੋਲ੍ਹ ਦਿੰਦੇ ਆ। ਮੈਂ ਫੋਰ ਵੇ ਤਾਂ ਔਨ ਕੀਤੇ ਆ ਪਿੱਛੇ, ਓਏ ਕਿੱਥੋਂ ਚੱਲਾ, ਇਹਨੂੰ ਕਿੱਦਾਂ ਅਲਾਊਡ ਆ ਜਾਣਾ, ਕੰਸਟਰਕਸ਼ਨ ਵਾਲਾ ਹੋਣਾ ਮੈਂ ਵੀ ਤਾਂ ਚੱਲ ਗਿਆ। ਤੇ ਉਹੀ ਆ ਹੁਣ ਜਦੋਂ ਮੂਹਰੇ ਟ੍ਰੈਫਿਕ ਆਊਗਾ ਫਿਰ ਨਿਕਲਦੇ ਆ, ਫਿਰ ਤੁਹਾਨੂੰ ਦਿਖਾਉਂਦੇ ਆ। ਆ ਗਿਆ ਸਾਹਮਣੇ ਟ੍ਰੈਫਿਕ ਹੈਗੀ ਆ, ਪਾਇਲਟ ਕਾਰ ਆ ਜਿਹੜੀ ਮੂਹਰੇ ਆ ਰਹੀ ਹੈ, ਪਾਇਲਟ ਕਾਰ ਆ, ਇਹਨੇ ਸਾਰਿਆਂ ਨੂੰ ਮੈਨੇਜ ਕਰਨਾ ਆ ਕਿੱਦਾਂ ਕਿੱਦਾਂ ਜਾਣਾ। ਉਹ ਮੁੜ ਗਿਆ, ਉਹਨੇ ਘੁਮਾ ਕੇ ਹੁਣ ਸਾਡੇ ਮੂਹਰੇ ਲਾ ਲੈਣੀ ਗੱਡੀ, ਉਹ ਸਾਹਮਣੇ ਆ ਗਿਆ ਟ੍ਰੈਫਿਕ। ਚਲੋ ਫੋਰ ਵੇ ਬੰਦ ਕਰੀਏ ਪਿੱਛੋਂ, ਮੈਂ ਤਾਂ ਜਗ੍ਹਾ ਹੀ ਐਂਡ 'ਚ ਖੜਾ, ਮੈਂ ਨਾ ਪਿੱਛੋਂ ਲਿਆ ਕੇ ਕੋਈ ਵੇਚਣਾ ਮਾਰੇ, ਕਈ ਹੁੰਦੇ ਆ ਫੋਨ 'ਤੇ ਲੱਗੇ ਜਾਂ ਕੁਛ ਵੀ ਹੁੰਦੇ, ਮੂਹਰੇ ਦੇਖਦੇ ਨਹੀਂ ਆ, ਲਿਆ ਕੇ ਸਿੱਧਾ ਵਿੱਚ ਹੀ ਬਾਣਨਾ ਅਗਲਿਆਂ ਨੇ। ਚਲੋ ਫਿਰ ਹੁਣ ਸਾਡੀ ਵਾਰੀ, ਹੋਰ ਟ੍ਰੈਫਿਕ ਵੀ ਆ, ਕੈਨੇਡਾ ਛੱਡਣਾ ਜਾਂ ਫਿਰ ਰਾਤੀ ਜਿੱਥੇ ਸੋਵਾਂਗੇ ਉੱਥੇ ਛੱਡਾਂਗੇ ਮਿੰਟਾਨਾ ਦੇ ਵਿੱਚ।